ਚੱਲ ਮੇਰਾ ਪੁੱਤ 3 ਦੀ ਸਕਸੈਸ ਤੋਂ ਬਾਅਦ ਅਮਰਿੰਦਰ ਗਿੱਲ ਆਪਣੀ ਨਵੀਂ ਮੂਵੀ ਛੱਲਾ ਮੁੜ ਕੇ ਨਹੀਂ ਆਇਆ ਲੈ ਕੇ ਆਏ ਨੇ। ਕੀ ਇਹ ਫਿਲਮ ਸਾਡੀਆਂ ਉਮੀਦਾਂ ਤੇ ਖਰੀ ਉਤਰੇਗੀ ਜਾਂ ਇੱਕ ਵਾਰ ਫਿਰ ਤੋਂ ਇੱਕ ਚੰਗੇ ਵਿਸ਼ੇ ਦਾ ਨਾਸ ਵੱਜ ਜਾਵੇਗਾ? ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਰਿਵਿਊ ਵਿੱਚ। ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅੱਜ ਦੇ ਟਾਈਮ ਵਿੱਚ ਯੂਥ ਚੰਗੇ ਭਵਿੱਖ ਅਤੇ ਪੈਸਾ ਕਮਾਉਣ ਲਈ ਵਿਦੇਸ਼ਾਂ ਵਿੱਚ ਜਾ ਰਹੇ ਨੇ। ਬਸ ਇਸੇ ਕਰਕੇ ਅੱਜ ਤੋਂ ਲਗਭਗ 120 ਸਾਲ ਪਹਿਲਾਂ ਵੀ ਇੱਕ ਬੰਦਾ ਪੈਸੇ ਕਮਾਉਣ ਲਈ ਕੈਨੇਡਾ ਗਿਆ ਸੀ। ਉੱਥੇ ਜਾ ਕੇ ਉਹ ਦੇਖਦਾ ਹੈ ਕਿ ਇੱਥੇ ਤਾਂ ਪੰਜਾਬ ਨਾਲੋਂ ਵੱਧ ਮਾੜੇ ਹਾਲ ਨੇ। ਕੰਮ ਜ਼ਿਆਦਾ ਕਰਵਾਇਆ ਜਾਂਦਾ ਹੈ ਅਤੇ ਪੈਸੇ ਘੱਟ ਦਿੱਤੇ ਜਾਂਦੇ ਨੇ। ਟੈਕਸ ਦੇ ਨਾਮ 'ਤੇ ਇਨਸਾਨਾਂ ਦੇ ਹੱਕਾਂ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ। ਆਪਣੇ ਉਹ ਹੱਕ ਪਾਉਣ ਲਈ ਛੱਲਾ ਕੀ ਕੁਝ ਕਰਦਾ ਹੈ, ਇਹ ਕੁਝ ਜਾਣਨ ਲਈ ਤੁਹਾਨੂੰ ਇਹ ਮੂਵੀ ਦੇਖਣੀ ਪਵੇਗੀ। ਮੂਵੀ ਦੀ ਬਿਹਤਰੀਨ ਕਹਾਣੀ ਨੂੰ ਮੂਵੀ ਦੇ ਪਾਵਰਫੁੱਲ ਡਾਇਲੋਗ ਬਹੁਤ ਹੀ ਜ਼ਿਆਦਾ ਸਟਰੋਂਗ ਬਣਾ ਦਿੰਦੇ ਨੇ। ਤੈਨੂੰ ਕੀ ਲੱਗਦਾ, ਰੱਬ ਨੇੜੇ ਕਿ ਮਾਂ? ਰੱਬ ਜਿਵੇਂ ਹੁਣੇ ਪਾਣੀ 'ਚ ਛਾਲ ਮਾਰਦਾ, ਰੱਬ ਨੂੰ ਤੇ ਮਿਲ ਸਕਦਾ ਪਰ ਮਾਂ ਨੂੰ ਨਹੀਂ ਮਿਲ ਸਕਦਾ। ਜੇ ਇਸ ਮੂਵੀ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਅਮਰਿੰਦਰ ਗਿੱਲ, ਬਿਨੋ ਢਿੱਲੋਂ, ਸਰਗੁਣ ਮਹਿਤਾ ਅਤੇ ਕਰਮਜੀਤ ਅਨਮੋਲ ਦਾ ਕੰਮ ਬਹੁਤ ਵਧੀਆ ਸੀ, ਪਰ ਮੈਨੂੰ ਸਿਮੀ ਐਵਰਬੀਨ ਦਾ ਰੋਲ ਸਭ ਨਾਲੋਂ ਵੱਧ ਵਧੀਆ ਲੱਗਾ। ਜੇ ਹੁਣ ਇਸ ਮੂਵੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਮੂਵੀ ਦੇ ਸਾਰੇ ਗੀਤ ਵਧੀਆ ਨੇ, ਪਰ ਇਸ ਮੂਵੀ ਨੂੰ ਜੋ ਗੀਤ ਸਭ ਤੋਂ ਵੱਧ ਵਧੀਆ ਬਣਾਉਂਦਾ ਹੈ ਉਸਦਾ ਨਾਮ ਛੱਲਾ ਮੁੜ ਕੇ ਨਹੀਂ ਆਇਆ ਹੈ। ਕਰ ਲਓ ਰੀਸ ਪੰਜਾਬੀ ਮਾਵਾਂ ਦੀ, ਪੁੱਤ ਹੱਸ ਕੇ ਤੋਰੇ ਜੰਗਾਂ ਤੇ ਪਰਦੇਸਾਂ ਨੂੰ। ਇਹ ਮੂਵੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਤੇ ਇਸ ਨੂੰ ਅਮਰਿੰਦਰ ਗਿੱਲ ਨੇ ਖੁਦ ਡਾਇਰੈਕਟ ਕੀਤਾ ਹੈ ਤੇ ਓਵਰਆਲ ਇਹ ਮੂਵੀ ਮੇਰੀਆਂ ਉਮੀਦਾਂ ਤੇ ਤਾਂ ਖਰੀ ਉਤਰਦੀ ਹੈ, ਇਸ ਲਈ ਮੈਂ ਇਸ ਮੂਵੀ ਨੂੰ ਰੈਕਮੈਂਡ ਕਰਦਾ ਹਾਂ। ਸੋ ਇਹ ਸੀ ਮੇਰਾ ਰਿਵਿਊ ਇਸ ਮੂਵੀ ਲਈ। ਜੇ ਤੁਸੀਂ ਇਹ ਮੂਵੀ ਦੇਖ ਲਈ ਹੈ ਤਾਂ ਨੀਚੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇ ਮੇਰਾ ਰਿਵਿਊ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਇਹੋ ਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।